जो बोले सो निर्भय, जो बोले सो निर्भय, भगवान वाल्मीकि महाराज की जय। परम सत्कार जो गुरु प्यारे सरबत साध संगत जियो, सो आज 14 अप्रैल दिन बुधवार, जो कि दलितां दे मसीहा भारत रत्न डॉक्टर अंबेडकर जी महाराज, जिन्हां दा अज 130वां जन्मदिन है संगत जी, सो उन्हां दा जन्म दिहाड़ा सारियां संसार दियां सरबत संगतां वल्लों बड़ी श्रद्धा ते भावना दे नाल मनाया जांदा है संगत जी। सो अज उपराला करके प्रबंधक कमेटी वल्लों, जो कि बाबा साहब जी दे जन्म दिहाड़िया मनाते हुए, सो आप सब सरबत संगतां गुरु चरणा विच पहुँच करके अपना जीवन सफला बनाइए, ते गुरमुख प्यारे उस महान रहबर साडे जीवनदानी बाबा साहब अंबेडकर जी, उन्हां दा आपां जन्मदिन मनाइए। सो जिस महान रहबर ने साडे लई बहुत महान कुरबानियां कीतियां ने, जिन्हां दियां कुरबानियां दे सदका अज असी जिहड़े सुख आराम दे पल बतीत कर रहे हैं ना संगत जी, अज जिहड़े असी ऐश आराम दी अपनी जिंदगी गुजर बसर कर रहे हैं, उहदे लई बाबा साहब डॉक्टर भीम राव जी ने बहुत वड्डियां कुरबानियां कीतियां ने। उन्होंने अपना सुख अपना चैन सब कुछ कुरबानियां करके अपना सुख चैन कुरबान कीता है साडे लई। ते गुरमुख प्यारे, सब तो वड्डी गल ये है कि बाबा साहब जी ने अपने 4 बच्चे साडे लई कुरबान कर दिते ने। बाबा साहब अंबेडकर जी ने अज उन्होंने साडियां जिहड़ियां साडे ते जिहड़े हो रहे अत्याचार चार सी ना, उन्हां नूं देखदे होए उन्होंने अपने 4 पुत्र जिहड़े उह कुरबान कर दिते संगत जी। इहदे तों वड्डी होर कि कुरबानी हो सकती है कि एक अपने समाज के लिए उन्होंने अपने 4 बच्चे कुरबान कर दिते ने। ते गुरमुख प्यारिओ, कहिंदे सानूं इन्ना का साडे ते अत्याचार किए जाते सी, सानू अपने तन ते सानू अपने तन ढकण दे लई कपड़ा पाउण दी आग्या नहीं सी, भाव कि असी सानू दलित शूद्र कह के पुकारिया जांदा सी उन्हां समयां दे विच, ते असी अपना तन नहीं ढक सकते सी। साडियां बीबियां साडियां भैणां अपने सिर नूं नहीं कज सकदियां सन, भाव सिर ते चुन्नी नहीं लै सकदियां सन, पर गुरमुख प्यारिओ अज साडे ते बहुत वड्डी महान कृपा। कहिंदे ने जद सुनिया कि भीम राओ जी छड के दुनिया फानी नूं, सब ने सीस झुका के कीता सजदा जीवन दानी नूं। इस मुल्क दे अंदर बड़े पीर पैगंबर औलिए आए ने, इस भारत देश दे अंदर बड़े ही पीर पैगंबर औलिए अवतार आए ने, पर
ਪਰ ਕਹਿੰਦੇ ਨੇ ਉਹ ਦਲਤਾ ਤੈਨੂੰ ਕਿਸੇ ਨਾ ਪੁੱਛਿਆ, ਨਾ ਧਰਤੀ ਨਾ ਅੰਬਰ ਨੇ। ਇਸ ਮੁਲਕ ਦੇ ਅੰਦਰ ਲੱਖਾਂ ਪੀਰ ਪੈਗੰਬਰ ਆਏ ਨੇ, ਪਰ ਸੰਗਤ ਜੀ ਸਾਨੂੰ ਕਿਸੇ ਵੀ ਨੇ ਨਾ ਪੁੱਛਿਆ, ਜੇਕਰ ਬਾਬਾ ਸਾਹਿਬ ਅੰਬੇਡਕਰ ਜੀ ਨਾ ਤੇ ਅੱਜ ਜਿਹੜਾ ਉਹਨਾਂ ਦਾ ਸੰਵਿਧਾਨ ਚੱਲ ਰਿਹਾ ਨਾ ਸੰਗਤ ਜੀ, ਉਹ ਨਾ ਹੁੰਦਾ। ਤੇ ਜੇ ਸੰਵਿਧਾਨ ਹੀ ਨਾ ਹੁੰਦਾ ਤੇ ਫਿਰ ਸਾਨੂੰ ਜਿਹੜੇ ਆ ਬਰਾਬਰਤਾ ਦੇ ਹੱਕ ਅੱਜ ਲੈ ਕੇ ਦਿੱਤੇ ਨੇ, ਤੇ ਫਿਰ ਇਹ ਬਰਾਬਰਤਾ ਦੇ ਹੱਕ ਸਾਡੇ ਕੋਲ ਨਾ ਹੁੰਦੇ, ਨਾ ਅਸੀਂ ਗੁਰਬਾਣੀ ਨੂੰ ਪੜ੍ਹ ਸਕਦੇ ਸੀ, ਨਾ ਅਸੀਂ ਗੁਰਬਾਣੀ ਨੂੰ ਸੁਣ ਸਕਦੇ ਸੀ। ਕਿਉਂਕਿ ਜੇਕਰ ਸੰਗਤ ਜੀ ਉਹਨਾਂ ਸਮਿਆਂ ਦੇ ਵਿੱਚ ਜੇਕਰ ਅਸੀਂ ਗੁਰਬਾਣੀ ਨੂੰ ਆਪਣੇ ਕੰਨਾਂ ਰਾਹੀਂ ਸੁਣ ਲੈਂਦੇ, ਸਰਵਣ ਕਰ ਲੈਂਦੇ ਸੀ, ਤੇ ਸਾਡੇ ਬਜ਼ੁਰਗਾਂ ਦੇ, ਸਾਡੇ ਵੱਡ ਵਡੇਰਿਆਂ ਦੇ ਕੰਨਾਂ ਦੇ ਵਿੱਚ ਸਿੱਕੇ ਢਾਲ ਕੇ ਪਾਏ ਜਾਂਦੇ ਸੀ, ਇੰਨਾ ਅਤਿਆਚਾਰ ਕਰਦੇ ਸੀ ਮਨੁਵਾਦ ਸਾਡੇ ਨਾਲ ਕਿ ਸਾਡੇ ਕੰਨਾਂ ਦੇ ਵਿੱਚ ਸਿੱਕੇ ਢਾਲ ਕੇ ਪਾਏ ਜਾਂਦੇ ਸੀ ਕਿ ਭਾਈ ਇਹਨੇ ਸਤਿਗੁਰਾਂ ਦੀ, ਪਰਮੇਸ਼ਵਰ ਦੀ ਬਾਣੀ ਨੂੰ ਸਰਵਣ ਸੁਣ ਲਿਆ ਹੈ, ਇਹਦਾ ਇਹ ਗੁਨਾਹ ਹੈ ਕਿ ਇਹਨੇ ਪਰਮਾਤਮਾ ਦੀ ਬਾਣੀ ਨੂੰ ਸੁਣ ਕਿਵੇਂ ਲਿਆ। ਤੇ ਉਸ ਸਮੇਂ 'ਚ ਕੰਨਾਂ ਵਿੱਚ ਸਿੱਕੇ ਢਾਲ ਕੇ ਪਾਏ ਜਾਂਦੇ ਸੀ, ਤੇ ਜੇਕਰ ਸੰਗਤ ਜੀ ਸਾਡੀ ਜੀਭਾ ਦੇ ਵਿੱਚੋਂ ਕਿਤੇ ਉਸ ਆਦਿ ਪੁਰਖ ਪਰਮਾਤਮਾ ਦਾ, ਉਸ ਪਰਮੇਸ਼ਵਰ ਦਾ ਨਾਮ ਉਚਾਰਿਆ ਜਾਂਦਾ ਸੀ ਨਾ, ਤੇ ਸਾਡੀ ਜਿਹੜੀ ਜੀਭਾ ਸੀ ਉਹ ਕੱਟੀ ਜਾਇਆ ਕਰਦੀ ਸੀ, ਇੰਨੇ ਅਤਿਆਚਾਰ ਹੁੰਦੇ ਸਾਡੇ ਨਾਲ ਸੰਗਤ ਜੀ ਕਿ ਅਸੀਂ ਰੱਬ ਦਾ ਨਾਮ ਨਹੀਂ ਲੈ ਸਕਦੇ ਸੀ, ਸਾਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀ। ਕਿਉਂਕਿ ਹੁਣ ਅੱਜ ਸੰਵਿਧਾਨ ਚੱਲਦਾ ਹੈ ਨਾ ਸੰਸਾਰ 'ਤੇ, ਅੱਜ ਜਿਹੜਾ ਕਾਨੂੰਨ ਚੱਲਦਾ ਹੈ ਉਹ ਬਾਬਾ ਸਾਹਿਬ ਅੰਬੇਡਕਰ ਜੀ ਦਾ ਸੰਵਿਧਾਨ ਹੈ, ਅਤੇ ਉਹਨਾਂ ਸਮਿਆਂ ਦੇ ਵਿੱਚ ਕੀ ਚੱਲਦਾ ਸੀ, ਮਨੋਸਿਮਰਤੀ। ਉਹਨਾਂ ਸਮਿਆਂ ਦੇ ਵਿੱਚ ਮਨੋਸਿਮਰਤੀ ਨੂੰ ਸੰਵਿਧਾਨ ਬਣਾਇਆ ਹੋਇਆ ਸੀ ਉਹਨਾਂ ਨੇ, ਅਤੇ ਜੋ ਮਨੋਸਿਮਰਤੀ ਵਿੱਚ ਲਿਖਿਆ ਹੋਇਆ ਸੀ ਉਹਦੇ ਹਿਸਾਬ ਦੇ ਨਾਲ ਸਾਨੂੰ ਜੀਣਾ ਪੈਂਦਾ ਸੀ। ਗੁਰਮੁਖ ਪਿਆਰਿਓ, ਬਾਬਾ ਸਾਹਿਬ ਅੰਬੇਡਕਰ ਜੀ ਨੇ ਸਾਡੀਆਂ ਜਿਹੜੀਆਂ 4000 ਸਾਲਾਂ ਤੋਂ ਪੈਰਾਂ ਦੇ ਵਿੱਚ ਸਾਡੀਆਂ ਜੰਜੀਰਾਂ ਪਾਈਆਂ ਹੋਈਆਂ ਸੀ ਨਾ ਮਨੁਵਾਦ ਨੇ, 4000 ਸਾਲ ਤੋਂ ਥੋੜ੍ਹੇ ਨਹੀਂ ਹੁੰਦੇ ਸੰਗਤ ਜੀ, 4000 ਸਾਲ, 4 ਦਿਨ ਕੱਟਣੇ ਔਖੇ ਹੁੰਦੇ ਨੇ ਗੁਲਾਮੀ ਦੇ, ਗੁਲਾਮੀ ਦੇ 4 ਦਿਨ ਹੀ ਕੱਟਣੇ ਸਭ ਬੜੇ ਔਖੇ ਹੁੰਦੇ ਨੇ। ਅਤੇ ਸੰਗਤ ਜੀ 4000 ਸਾਲ ਸਾਡੇ ਬਜ਼ੁਰਗਾਂ ਨੇ ਗੁਲਾਮੀ ਦੇ ਕੱਟੇ ਨੇ, ਅਤੇ ਉਹਨਾਂ 4000 ਸਾਲਾਂ ਦੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਗੁਰਮੁਖ ਪਿਆਰੇ 40 ਸਾਲਾਂ ਦੇ ਵਿੱਚ ਸਾਡੇ ਗਲ ਤੋਂ ਲਾਹ ਦਿੱਤੀਆਂ। ਕੇਵਲ 40 ਸਾਲਾਂ ਦੇ ਵਿੱਚ ਉਹਨਾਂ ਨੇ ਏਡੀ ਮਹਾਨ ਕਿਰਪਾ ਸਾਡੇ 'ਤੇ ਕਰ ਦਿੱਤੀ ਕਿ ਅਸੀਂ ਆਪਣੇ ਤਨ ਨੂੰ ਕੱਜ ਸਕਦੇ ਹਾਂ, ਆਪਣੀ ਮਨ ਮਰਜ਼ੀ ਦਾ ਪਹਿਨ ਸਕਦੇ ਹਾਂ, ਆਪਣੀ ਮਨ ਮਰਜ਼ੀ ਦਾ ਖਾ ਸਕਦੇ ਹਾਂ। ਅਤੇ ਸੰਗਤ ਜੀ ਉਹਨਾਂ ਸਮਿਆਂ ਦੇ ਵਿੱਚ ਨਾ ਅਸੀਂ ਆਪਣੀ ਮਨ ਮਰਜ਼ੀ ਦਾ ਪਹਿਨ ਸਕਦੇ ਸੀ, ਨਾ ਅਸੀਂ ਆਪਣੇ ਮਨ ਮਰਜ਼ੀ ਦਾ ਖਾ ਸਕਦੇ ਸੀ, ਇੰਨੀ ਸਾਡੇ ਤੋਂ ਨਫ਼ਰਤ ਹੋਇਆ ਕਰਦੀ ਸੀ ਕਿ ਸੰਗਤ ਜੀ ਕਹਿੰਦੇ ਜੇਕਰ ਸਾਡਾ ਜਿਹੜਾ ਘਰ 'ਚੋਂ ਨਿਕਲਣ ਦਾ ਸਮਾਂ ਹੁੰਦਾ ਸੀ ਨਾ, ਅਸੀਂ ਕਿਸੇ ਕੰਮ ਕਾਰਜ ਵਾਸਤੇ ਉਹਨਾਂ ਸਮਿਆਂ ਦੇ ਵਿੱਚ ਬਾਹਰ ਨਿਕਲਣਾ ਹੁੰਦਾ ਸੀ, ਅਤੇ ਕਹਿੰਦੇ ਕਿ ਜਦੋਂ ਸੂਰਜ ਜਿਹੜਾ ਸਿਰ 'ਤੇ ਹੋਵੇਗਾ ਤਾਂ ਫਿਰ ਹੀ ਸ਼ੂਦਰ ਬਾਹਰ ਜਾ ਸਕਦਾ ਹੈ, ਉਹ ਇਹ ਕਿਹਾ ਕਰਦੇ ਸੀ। ਪਰ ਅੱਜ ਅਸੀਂ ਆਪਣੇ ਮਨ ਦੀਆਂ ਕਰ ਰਹੇ ਹਾਂ, ਪਰ ਸੰਗਤ ਜੀ ਇੱਥੇ ਅਸੀਂ ਉਹ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਕੁਰਬਾਨੀ ਨੂੰ ਵੀ ਭੁੱਲੀ ਬੈਠੇ ਹਾਂ ਕਿ ਜਿਹੜੀਆਂ ਉਹਨਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਨਾ, ਉਹ ਅਸੀਂ ਭੁੱਲੀ ਬੈਠੇ ਹਾਂ ਸੰਗਤ ਜੀ। ਸੋ ਇਸ ਲਈ ਆਪ ਸਭ ਸੰਗਤਾਂ ਨੂੰ ਬੇਨਤੀ ਇਹੀ ਹੈ ਕਿ ਭੀਮ ਰਾਓ ਅੰਬੇਡਕਰ ਜੀ
जिन्हां ने साढ़े लिए अपनी घोर तपस्या तो बाद साढ़े जन्मा जन्मां दियां गुलामी दियां जंजीरां लाइया ने तो एक साढ़े रैबर ने साढ़े मसीहा ने वो बाबा साहब अंबेडकर जी ने उन्हां तो बिना सानू किन्ने संसार ते गुरु पीर अवतार पैगंबर आए ने पर गुरमुख प्यारे जो बाबा साहब ने साढ़े लिए करता वो किसी ने नहीं करके दिखाया ते आज उस महान रैबर दा उस महान युग पुरश दा साढ़े जीवन दानी दा क्योंकि सानू जीवन तो मिल गया पर जीवन नू दान देने वाले बाबा साहब जी ने सानू मनुखां वाला जीवन देने वाले बाबा साहब अंबेडकर जी ने नहीं तो असी गुरमुख प्यारे पशुआं वांगू जिंदगी बतीत कर रहे सां संविधान तो पहला ना साड़ी जिहड़ी जिंदगी सी एक पशुआं दे बराबर सी पशुआं वांग असी संसार ते आ करके अपना जीवन बतीत करके चले जांदे सी पर गुरमुख प्यारियो ये महान कृपा ये बाबा साहब अंबेडकर जी दे संविधान ने कीती है साडे ते जिहड़ा उहनां दा संविधान है वो हक वो हकूक सानू बाबा साहब ने लेके दिते ने इसलिए अज उन्हां दा 103वां जन्म दिहाड़ा है सो अज अपने घरां दे विच आपां रोशनी करनी है क्योंकि बाबा साहब जी ने साडी जिंदगी विच रोशनी कीती है साडी जिंदगी नूं साडी लाइफ नूं उन्हां ने रोशन कीता है ते फिर अज उन्हां दे नाम दा आपां अपने घर ही रोशनी करनी है संगत जी सो सारे संसार दिया सरबत संगत बाबा साहब अंबेडकर जी के 103वें जन्म दिवस दिया बहुत बहुत लख लख मुबारक